ਲਖਵਿੰਦਰ ਸਿੰਘ ਮੂੜ, ਸੀਨੀਅਰ ਆਗੂ ਕਰਮਚਾਰੀ ਦਲ। ਅੱਜ ਅਸੀਂ ਕਾਦੀਆਂ ਮੰਡਲ ਦੇ ਵਿੱਚ ਖੜੇ ਹਾਂ, ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਨਵੇਂ ਐਕਸ਼ਨ, ਜਿਨ੍ਹਾਂ ਦੀ ਪ੍ਰਮੋਸ਼ਨ ਹੋਈ ਹੈ SDO ਤੋਂ, ਐਕਸ਼ਨ ਬਣੇ ਨੇ ਸਰਦਾਰ ਜਸਵਿੰਦਰ ਸਿੰਘ ਜੀ, ਉਹ ਅੱਜ ਡਿਊਟੀ ਜੁਆਇਨ ਕਰ ਰਹੇ ਆ ਔਰ ਬੜੇ ਇਮਾਨਦਾਰ ਔਰ ਵਧੀਆ ਅਫਸਰ ਨੇ। ਅਸੀਂ ਸਮੁੱਚੀ ਟੀਮ ਜਿਹੜੀ ਹੈ ਉਹਨਾਂ ਦਾ ਸਵਾਗਤ ਕਰਦੇ ਹਾਂ, ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਔਰ ਅਸੀਂ ਉਹਨਾਂ ਤੋਂ ਆਸ ਰੱਖਦੇ ਹਾਂ ਇਸ ਡਿਵੀਜ਼ਨ ਦੇ ਵਿੱਚ ਜਿਹੜੇ ਮੁਲਾਜ਼ਮਾਂ ਦੇ ਕੰਮ ਪੈਂਡਿੰਗ ਪਏ ਨੇ ਜਾਂ ਕਿਸੇ ਕਾਰਨ ਕਰਕੇ ਕੰਮ ਫਸੇ ਪਏ ਆ, ਉਹ ਜਿਹੜੇ ਆ ਉਹ ਪਹਿਲ ਦੇ ਆਧਾਰ 'ਤੇ ਕਰਨਗੇ। ਔਰ ਦੂਸਰੇ ਨੰਬਰ 'ਤੇ ਗਰਮੀਆਂ ਦਾ ਸੀਜ਼ਨ ਜਿਹੜਾ ਪੈਡੀ ਸੀਜ਼ਨ ਸ਼ੁਰੂ ਹੋ ਚੱਲਿਆ ਔਰ ਉਹਦੇ ਵਿੱਚ ਖਪਤਕਾਰਾਂ ਨੂੰ ਵੀ ਬਿਜਲੀ ਦੇਣ ਦੇ ਵਿੱਚ ਪੂਰੇ ਸਾਡੇ ਸਾਥ ਦੇਣਗੇ ਔਰ ਸਹਾਈ ਰਹਿਣਗੇ, ਕਿਉਂਕਿ ਮੁਲਾਜ਼ਮਾਂ ਦੀ ਹਰ ਦਫ਼ਤਰ ਦੇ ਵਿੱਚ ਬਹੁਤ ਜ਼ਿਆਦਾ ਘਾਟ ਆ ਔਰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਾ ਮੁਲਾਜ਼ਮਾਂ ਨੂੰ, ਇੱਥੋਂ ਤੱਕ ਈਵਨ ਜਿਹੜੀ ਡਿਊਟੀ ਆ 18-18, 20-20 ਘੰਟੇ ਇੱਕ ਮੁਲਾਜ਼ਮ ਨੂੰ ਕਰਨੀ ਪੈਂਦੀ ਆ। ਇਹ ਫੇਰ ਜਿਹੜੀ ਗਰਮੀਆਂ ਦੇ ਸੀਜ਼ਨ ਦੇ ਪੈਡੀ ਸੀਜ਼ਨ ਦੇ ਜਿਹੜੇ ਲੋਕਾਂ ਨੂੰ ਬਿਜਲੀ ਨਿਰਵਿਘਨ ਮਿਲਦੀ ਆ, ਸੋ ਅਸੀਂ ਆਸ ਰੱਖਦੇ ਹਾਂ ਕਿ ਜੋ ਸਾਡੇ ਨਵੇਂ ਸਤਿਕਾਰਯੋਗ ਐਕਸ਼ਨ ਸਾਹਿਬ ਸਰਦਾਰ ਜਸਵਿੰਦਰ ਸਿੰਘ ਜੀ ਇਸ ਡਿਵੀਜ਼ਨ ਦੇ ਵਿੱਚ ਆਣ ਕੇ ਆਏ ਨੇ ਔਰ ਅਸੀਂ ਬਹੁਤ ਆਸ ਰੱਖਦੇ ਹਾਂ ਕਿ ਸਾਡਾ ਮਨੋ ਤਰੋਂ ਸਾਥ ਦੇਣਗੇ ਔਰ ਸਾਨੂੰ ਪੈਡੀ ਸੀਜ਼ਨ ਦੇ ਵਿੱਚ ਮੁਲਾਜ਼ਮਾਂ ਦਾ ਸਾਥ ਦੇਣਗੇ ਔਰ ਜਿਹੜੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਨੇ ਉਹ ਵੀ ਪਹਿਲ ਦੇ ਆਧਾਰ 'ਤੇ ਹੱਲ ਕਰਨਗੇ ਔਰ ਅਸੀਂ ਦੁਬਾਰਾ ਫਿਰ ਉਹਨਾਂ ਨੂੰ ਜੀ ਆਇਆ ਕਹਿੰਦੇ ਹਾਂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਮੈਂ ਇੱਥੇ ਕਾਦੀਆਂ ਦਫ਼ਤਰ ਦਾ ਚਾਰ ਸੰਭਾਲਿਆ। ਸੋ ਸਭ ਤੋਂ ਪਹਿਲਾਂ ਮੈਂ ਉਸ ਪਰਮਾਤਮਾ ਦਾ ਧੰਨਵਾਦ ਕਰਦਾ ਜਿਹਨਾਂ ਨੇ ਮੈਨੂੰ ਇਹ ਮਾਣ ਬਖਸ਼ਿਆ ਹੈ। ਉਸ ਤੋਂ ਬਾਅਦ ਆਪਣੇ ਸਹਿਯੋਗੀਆਂ ਦਾ, ਆਪਣੀ ਕੁਲੀਗਸ ਮੇਰੇ ਨਾਲ ਆਏ ਨੇ SDO ਸਾਹਿਬ ਔਰ ਸਾਰੇ ਮੇਰੇ ਐਕਸ਼ਨ ਸਾਹਿਬ, ਉਸ ਤੋਂ ਬਾਅਦ ਸਾਰੇ ਸਮੂਹ ਸਟਾਫ ਜਿਹਨਾਂ ਨੇ ਮੇਰੇ ਮਾਸਕਤਾ 'ਚ ਬਹੁਤ ਕੁਛ ਕੀਤਾ। ਮੈਨੂੰ ਉਮੀਦ ਨਹੀਂ ਸੀ ਕਿ ਉਮੀਦ ਤੋਂ ਜ਼ਿਆਦਾ ਮਿਲਿਆ, ਅਤੇ ਕੋਸ਼ਿਸ਼ ਕਰਾਂਗਾ ਕਿ ਮੈਂ ਤੁਹਾਡੀ ਉਮੀਦਾਂ ਨੂੰ ਖਰਾ ਉਤਰਾਂ ਔਰ ਮੈਂ ਕਿਸੇ ਪਾਸੇ ਪੂਰਾ ਜ਼ੋਰ ਲਾਵਾਂਗਾ, ਕੰਮ ਕਰਾਂਗੇ ਚੰਗੇ ਤਰੀਕੇ ਨਾਲ ਤਾਂ ਕਿ ਮਹਿਕਮੇ ਦਾ ਕੰਮ ਨਾ ਰੁਕੇ ਔਰ ਭਰਾਵਾਂ ਨਾਲ ਪਿਆਰ ਹੀ ਬਣਿਆ ਰਹੇਗਾ। ਥੈਂਕ ਯੂ।